ਸਵਾਲ ਪੁੱਛ ਕੀਤੇ ਗਏ ਨੇ ਸਰਵਲ ਪਧੇਰਾ ਵੱਲੋਂ। ਅੱਛਾ ਅੱਛਾ, ਭੰਡੇਰ ਸਾਹਿਬ ਆਏ ਨੇ, ਉਹ ਤਾਂ ਬਹੁਤ ਵੱਡੇ ਨੇਤਾ ਨੇ, ਆਲ ਇੰਡੀਆ ਨੇਤਾ ਨੇ। ਅਸੀਂ ਤਾਂ ਅੰਮ੍ਰਿਤਸਰ ਦੀ ਗੱਲ ਕਰਦੇ ਹਾਂ। ਪਹਿਲੀ ਗੱਲ ਕਿ ਫਾਰਮਰਸ ਸਾਡੇ ਭਰਾ ਨੇ, ਜਿਹੜੇ ਅਸਲੀ ਫਾਰਮਰ ਨੇ। ਇਹ ਜਥੇਬੰਦੀਆਂ ਤਾਂ ਆਪਣੀਆਂ ਪੋਲੀਟਿਕਸ ਖੇਡਦੀਆਂ, ਆਪਣੀ ਲੀਡਰਸ਼ਿਪ ਚਮਕਾਉਂਦੀਆਂ। ਮੈਂ ਫਾਰਮਰਸ ਦੇ ਇਸ਼ੂ 'ਚ ਬਹੁਤ ਕਲੀਅਰ ਹਾਂ, ਕਲੀਅਰ ਪ੍ਰਪੋਜ਼ਲਸ ਪੁੱਟ ਅਪ ਕੀਤੀਆਂ ਨੇ ਕਿ ਸਭ ਤੋਂ ਮੇਨ ਓਬਜੈਕਟਿਵ ਆ ਕਿ ਫਾਰਮਰਸ ਦੀਆਂ ਇਨਕਮਾਂ ਵਧਣ, ਉਹ ਇੰਡਸਟਰੀ ਵਧਾਵੇ, ਕੋਆਪਰੇਟਿਵ ਵਧਾਵੇ। ਮੈਂ ਅੰਮ੍ਰਿਤਸਰ ਦੀ ਗੱਲ ਕਰ ਰਿਹਾ ਕਿਉਂਕਿ ਅੰਮ੍ਰਿਤਸਰ ਦੇਖੋ ਵੇਰਕਾ ਕੋਆਪਰੇਟਿਵ ਹੈਗੀ ਆ, ਇਸ ਤਰ੍ਹਾਂ ਦੀਆਂ ਕਈ ਹੋਰ ਕੋਆਪਰੇਟਿਵ ਬਣ ਸਕਦੀਆਂ, ਜਾਂ ਯੂਨੀਅਨ ਵਧਾਵੇ। ਸਾਡਾ ਓਬਜੈਕਟਿਵ ਬੜਾ ਕਲੀਅਰ ਆ ਕਿ ਫਾਰਮਰਾਂ ਦੀਆਂ ਇਨਕਮਾਂ ਵਧਣੀਆਂ ਚਾਹੀਦੀਆਂ। ਉਹਦੇ 'ਚ ਮੈਂ ਕਲੀਅਰ ਤਿੰਨ ਪ੍ਰਪੋਜ਼ਲਸ ਪੁੱਟ ਫਾਰਵਰਡ ਕੀਤੀਆਂ ਨੇ। ਹੋ ਸਕਦਾ ਫਾਰਮਰ ਕਈ ਹੋਰ ਵੀ ਪੁਟਾਪ ਕਰਨ, ਜਿਸ ਤਰ੍ਹਾਂ ਮੈਂ ਬਾਰਡਰ 'ਚ ਗਿਆ ਸੀਗਾ, ਉਹਨਾਂ ਨੂੰ ਤਾਰ ਦੀ ਪ੍ਰੋਬਲਮ ਆ, ਉਹਨਾਂ ਨੇ ਉਹ ਰੇਜ਼ ਕੀਤੀ, ਮੈਂ ਉਹ ਟੇਕਅਪ ਵੀ ਕੀਤੀ, ਕਈ ਚੀਜ਼ਾਂ ਰਿਜ਼ੋਲਵ ਵੀ ਹੋਈਆਂ। ਇਸ ਕਰਕੇ ਮੇਰੀ ਰਿਕੁਐਸਟ ਇਹ ਆ, ਜਿਹੜੇ ਵੀ ਕਿਸਾਨ ਭਰਾ ਨੇ ਕਦੀ ਵੀ ਵੈਲਕਮ ਨੇ, ਲੇਕਿਨ ਮੇਰੀ ਚੀਜ਼ ਜਿਹੜੀ ਆ, ਜਿਹੜੀ ਮੇਰੀ ਪ੍ਰਪੋਜ਼ਲ ਆ, ਉਹ ਉਹਨਾਂ ਤੱਕ ਪਹੁੰਚਣਾ ਚਾਹੀਦਾ। ਬਾਕੀ ਦੇਖੋ ਵਿਰੋਧ ਕਰਨਾ, ਇਹ ਤਾਂ ਜਥੇਬੰਦੀਆਂ ਪੋਲੀਟਿਕਸ ਪਲੇ ਕਰਦੀਆਂ ਆ, ਲੋਕਾਂ ਨੂੰ ਪਰੇਸ਼ਾਨ ਕਰਦੀਆਂ ਆ, ਉਹ ਫਾਰਮਰਸ ਨੂੰ ਵੀ ਪਰੇਸ਼ਾਨ ਕਰਦੇ ਆ। ਆਪਣੀ ਲੀਡਰੀ ਚਮਕਾਉਣੀ ਆ ਜੀ ਆਇਆਂ ਨੂੰ, ਜਿੱਥੇ ਮਰਜ਼ੀ ਕਰਦੇ ਫਿਰੋ। ਮੈਂ ਜਿਹੜੇ ਆਪਣੇ ਓਬਜੈਕਟਿਵ 'ਚ ਆ ਉਹ ਕਲੀਅਰ ਆ। ਦੇਖੋ ਹਿਸਟਰੀ ਜੋ ਮਰਜ਼ੀ ਕਰਦੇ ਰਹਿਣ, ਮੈਂ ਅੰਮ੍ਰਿਤਸਰ ਦਾ ਵਿਚੋਲਾ ਬਣਨ ਨੂੰ ਤਿਆਰ ਹਾਂ। ਅੰਮ੍ਰਿਤਸਰ ਦੇ ਫਾਰਮਰਸ ਦੀਆਂ ਇਨਕਮਾਂ ਵਧਣੀਆਂ ਚਾਹੀਦੀਆਂ, ਉਹ ਪ੍ਰੋਡਕਟਿਵਿਟੀ ਇਨਕਰੀਜ਼ ਦੇ ਥਰੂ ਵਧਣ। ਤੁਸੀਂ ਸਮਝਦੇ ਹੋ, ਉਹ ਮੈਂ ਜ਼ਿਆਦਾ ਐਕਸਪਲੇਨ ਨਹੀਂ ਕਰਨਾ। ਲੇਕਿਨ ਦੂਸਰਾ ਇਹ ਡਾਇਵਰਸੀਫਿਕੇਸ਼ਨ ਦੀ ਗੱਲ ਹੁੰਦੀ, ਸਾਡੇ ਤਾਂ ਆਲਰੇਡੀ ਡਾਇਵਰਸੀਫਿਕੇਸ਼ਨ ਹੈਗੀ ਆ। ਸਾਡੇ ਇੱਥੇ ਸਬਜ਼ੀਆਂ, ਫਲ, ਫਰੂਟ ਗਰੋ ਕਰਦੇ ਹਾਂ, ਅਤੇ 3 ਦਿਨ ਪਹਿਲਾਂ ਲੁੱਲੂ ਗਰੁੱਪ, ਜਿਹੜਾ ਸਭ ਤੋਂ ਵੱਡਾ UAE ਦਾ ਗਰੁੱਪ ਹੈ, ਜਿਹੜਾ ਪਹਿਲਾਂ ਗੱਲ ਕਰਦੇ ਸੀ, ਉਹ ਇੰਪਲੀਮੈਂਟੇਸ਼ਨ 'ਚ ਵੀ ਆਉਣਾ ਸ਼ੁਰੂ ਹੋ ਗਿਆ। ਅਗਰ ਉਹ ਇੱਥੇ ਆ ਕੇ ਸਾਡੇ ਫਾਰਮਰਸ ਦੇ ਪ੍ਰੋਡਕਟਸ ਖਰੀਦਦੇ ਨੇ ਤੇ ਉਹਦਾ ਕਿੰਨੂੰ ਘਾਟ ਹੈ, ਉਹਦੀ ਤਾਂ ਕਦੀ ਗੱਲ ਨਹੀਂ ਸੁਣੀ। ਬਾਕੀ ਮੈਂ ਗਾਂ ਤੀਜੀ ਗੱਲ ਵੀ ਕੀਤੀ ਸੀ ਵੇਸਟ ਪ੍ਰੋਡਕਟ ਦੀ, ਇਹਨਾਂ ਨੇ ਕਿੰਨਿਆਂ ਨੂੰ ਜਾ ਕੇ ਦੱਸਿਆ, ਉਹ ਤਾਂ ਡਿਮਾਂਡ ਨਹੀਂ ਮੈਂ ਦੇਖੀ ਕਿ ਪਰਾਲੀ ਦਾ ਆਹ ਸਮਾਧਾਨ ਹੈ, ਹਨੀਵੈਲ ਕੰਪਨੀ ਨੂੰ ਇੱਥੇ ਬੁਲਾਓ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਦੇਖੋ ਸਾਡਾ ਓਬਜੈਕਟਿਵ ਆ ਵਿਚਾਰੇ ਫਾਰਮਰ ਨੂੰ ਪਤਾ ਹੋਵੇ, ਉਹ ਬਾਰ ਬਾਰ ਪਰਾਲੀ ਜਲਾਉਂਦਾ ਰਹੇ ਤੇ ਤੁਸੀਂ ਆਪਣੀ ਲੀਡਰੀ ਚਮਕਾਉਂਦੇ ਰਹੋ, ਇਹ ਤਾਂ ਫਿਰ ਗਲਤ ਗੱਲ ਹੈ ਨਾ। ਬਾਕੀ ਦੇਖੋ ਮੈਂ ਹੱਥ ਜੋੜ ਕੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਮੈਂ ਵੀ ਕਿਸਾਨ ਪਰਿਵਾਰ 'ਚੋਂ ਆਉਂਦਾ ਹਾਂ, ਮੇਰੀਆਂ ਪ੍ਰਪੋਜ਼ਲਸ ਬੜੀਆਂ ਸੀਰੀਅਸ ਨੇ। ਦੂਜੀ ਗੱਲ,
ਇਹ ਜਥੇਬੰਦੀਆਂ ਤੋਂ ਡਰਨ ਵਾਲਾ ਮੈਂ ਨਹੀਂ ਹੈਗਾ। ਜਿੱਥੇ ਮਰਜ਼ੀ ਆ ਕੇ ਡੈਮੋਨਸਟ੍ਰੇਸ਼ਨ ਕਰਨੀ, ਜੋ ਲੋਕਾਂ ਨੂੰ ਤੰਗ ਕਰਨਾ, ਆਪਣੀ ਲੀਡਰੀ ਚਮਕਾਉਣੀ, ਚਮਕਾ ਲਓ। ਲੇਕਿਨ ਅਗਰ ਇਹ ਸਮਝਦੇ ਹੋ ਕਿ ਸਮੁੰਦਰੀ ਪਰਿਵਾਰ ਦਾ ਜਿਹੜਾ ਮੈਂ ਬੇੜਾ ਚੁੱਕਿਆ, ਮੈਂ ਤੁਹਾਡੇ ਤੋਂ ਡਰ ਜਾਵਾਂਗਾ, ਇਹ ਭੁੱਲ ਜਾਓ। ਇਹ ਭੰਡੇਰ ਹੋਵੇ, ਉਹਦਾ ਪਿਓ ਵੀ ਹੋਵੇ, ਇਹ ਕੰਮ ਜਥੇਬੰਦੀਆਂ ਦੀਆਂ ਲੀਡਰਸ਼ਿਪ ਦੀ ਨਹੀਂ ਆ। ਆਪਾਂ ਦੇਖੋ, ਮੈਂ ਐਕਸਪੈਕਟ ਕਰਦਾ ਹਾਂ ਕਿ ਭੰਡੇਰ ਸਾਹਿਬ ਵੀ ਫਾਰਮਰਸ ਦੇ ਇਨਕਮਾਂ ਨਾਲ ਕਨੈਕਟਡ ਨੇ, ਕਿਉਂਕਿ ਉਹ ਅੰਮ੍ਰਿਤਸਰ ਤੋਂ ਆਉਂਦੇ ਨੇ। ਉਹਨਾਂ ਦੀ ਰਿਸਪੋਂਸੀਬਿਲਟੀ ਆ ਕਿ ਸਭ ਤੋਂ ਪਹਿਲਾਂ ਲੀਡਰਸ਼ਿਪ ਆਪਣੀ ਬਾਹਰ ਚਮਕਾਉਣ। ਸਭ ਤੋਂ ਪਹਿਲਾਂ ਅੰਮ੍ਰਿਤਸਰ ਦੀ ਫਾਰਮਰਸ ਦੀ ਜਿਹੜੀਆਂ ਪ੍ਰੋਬਲਮਸ ਨੇ, ਜਿਹੜੇ ਮੈਂ ਸਲਿਊਸ਼ਨ ਦੱਸੇ ਨੇ, ਉਹਨਾਂ 'ਚ ਕੁਛ ਵਾਧਾ ਪਾਉਣ, ਉਹਦੇ 'ਚ ਕੋਈ ਕੰਸਟਰਕਟਿਵਲੀ ਐਡ ਕਰਨ। ਨਹੀਂ, ਮੈਂ ਇੱਕ ਮਿੰਟ ਗੱਲ ਸੁਣੋ ਭਾਈ ਸਾਹਿਬ, ਮੈਂ ਤਾਂ ਕਿਸਾਨਾਂ ਨੂੰ ਮਿਲਦਾ ਆ। ਤੁਸੀਂ ਕਹਿੰਦੇ ਹੋ ਕਿ ਉਹ ਤਾਂ ਆਪਣੀ ਲੀਡਰਸ਼ਿਪ ਚਮਕਾਉਣ ਆਏ ਨੇ, ਮੇਰੇ ਘਰ ਦੇ ਬਾਹਰ ਆਏ ਨੇ, ਨਾਰੇ ਲਾਉਣ, ਲੋਕਾਂ ਨੂੰ ਤੰਗ ਕਰਨ ਆਏ ਆ। ਮੈਂ ਨਾ ਗੱਲ ਕਰਨੀ ਹੋਵੇ ਤੇ ਮੈਂ ਤਾਂ ਕਿਸੇ ਵੀ ਕਿਸਾਨ ਭਰਾ ਨੂੰ, ਮੈਂ ਜਾਂਦਾ ਹਾਂ ਪਿੰਡਾਂ 'ਚ ਵੀ ਗੱਲ ਕਰਦਾ ਹਾਂ। ਮੈਂ ਤਾਂ ਆਪਣੀ ਓਪਨ, ਮੇਰਾ ਤੁਸੀਂ ਵਿਜ਼ਨ ਡਾਕੂਮੈਂਟ ਦੇਖੋ, ਉਹਦੇ 'ਚ ਐਗਰੀਕਲਚਰ ਦੀ ਗੱਲ ਹੈ। ਅਰੇ, ਗੱਲ ਸੀਰੀਅਸਲੀ ਕਰਨੀ ਆ ਤੇ ਆਹ ਟੀਵੀ ਕੈਮਰਿਆਂ ਨਾਲ ਇਹ ਲੀਡਰਸ਼ਿਪ ਚਮਕਾਉਣ ਨਾਲ, ਪੋਲੀਟਿਕਸ ਖੇਡਣ ਨਾਲ ਤਾਂ ਥੋੜ੍ਹਾ ਹੁੰਦੀ ਹੈ। ਮੈਨੂੰ ਇੱਕ ਗੱਲ ਦੱਸੋ, ਮੇਰੇ ਅਗੇਂਸਟ ਹਾਂਜੀ ਜਿਹੜਾ ਗੱਲ ਕਰ ਰਿਹਾ, ਜਿਹੜਾ ਕਿਸਾਨਾਂ ਦੀ ਇਨਕਮਾਂ ਇਨਕਰੀਜ਼ ਕਰਨ ਦੀ ਕੰਕਰੀਟ ਪ੍ਰਪੋਜ਼ਲ ਦੇ ਰਿਹਾ, ਉਹਦੇ ਅਗੇਂਸਟ ਆ ਕੇ ਕਹਿੰਦੇ ਅਸੀਂ ਡੈਮੋਨਸਟ੍ਰੇਸ਼ਨ ਕਰਨੀ ਆ। ਇਹ ਔਜਲਾ ਸਾਹਿਬ ਪਿਛਲੇ 8 ਸਾਲ ਦੇ ਐਗਰੀਕਲਚਰ ਕਮੇਟੀ ਦੇ ਮੈਂਬਰ ਨੇ, ਇਹਨਾਂ ਦੇ ਸਾਹਮਣੇ ਨਹੀਂ ਜਾ ਕੇ ਡੈਮੋਨਸਟ੍ਰੇਸ਼ਨ ਕਰਦੇ, ਇਹਨਾਂ ਨੂੰ ਨਹੀਂ ਪੁੱਛਦੇ, ਇਹ ਕੀ ਕੁਛ ਕਾਊਂ ਹੈ ਇਹਨਾਂ ਦਾ। ਬਈ, ਕਮੇਟੀ ਦੇ ਮੈਂਬਰ ਨੇ ਕੀ ਬੋਲਿਆ, ਕਮੇਟੀ 'ਚ ਕੀ ਬੋਲਿਆ, ਕੀ ਪ੍ਰਪੋਜ਼ਲ ਰੱਖੀ, ਕੀ ਆਪਣੇ ਅੰਮ੍ਰਿਤਸਰ ਦੇ ਕਿਸਾਨਾਂ ਲਈ ਉਹਨਾਂ ਨੇ ਸੋਚਿਆ। ਮੈਂ ਤੇ ਕਿੰਨੇ 15 ਤੋਂ 20 ਗੁਣਾਂ ਦੀ ਗੱਲ ਕਰ ਰਿਹਾ। ਦੇਖੋ, ਡਾਈਵਰਸੀਫਿਕੇਸ਼ਨ ਦੀ ਗੱਲ ਹੁੰਦੀ ਆ, ਸਾਡੇ ਅੰਮ੍ਰਿਤਸਰ 'ਚ ਤਾਂ ਡਾਈਵਰਸੀਫਿਕੇਸ਼ਨ ਆਲਰੇਡੀ ਹੋ ਰਹੀ ਆ। ਫਿਰ ਇੱਕ ਹੋਰ ਗੱਲ ਮੈਂ ਕਹਿਣਾ ਚਾਹੁੰਦਾ, ਕੱਲ ਮੈਂ ਮਜੀਠੇ ਆਪਣਾ ਐਸਸੀ ਭਾਈਚਾਰੇ ਦੀ ਦੋ ਫੈਮਿਲੀ ਨੇ ਮੈਨੂੰ ਬੁਲਾਇਆ, ਮੈਂ ਉੱਥੇ ਅਫਸੋਸ ਕਰਨ ਗਿਆ, ਉਹਨਾਂ ਦੀ ਗੱਲ ਸੁਣਨ ਗਿਆ, ਤੇ ਇਹ ਉੱਥੇ ਨਾਰੇ ਲਾ ਰਹੇ ਸੀ, ਰੋਕ ਰਹੇ ਸੀ ਰਸਤਾ। ਮੈਂ ਕਿਹਾ ਬਾਅਦ 'ਚ ਆਪਣੇ ਜਿੰਨੇ ਜਰਨਲਿਸਟ ਭਰਾ ਸੀ, ਮੈਂ ਕਿਹਾ ਇੱਕ ਵਾਰੀ ਦੇਖਿਓ ਕਿ ਉਹਦੇ ਬਾਅਦ ਇਹ ਜਾ ਕੇ ਅਫਸੋਸ ਕਰਦੇ ਆ, ਇਹ ਨਸ਼ਾ ਇਹਨਾਂ ਦੇ ਬੱਚਿਆਂ ਨੂੰ ਨਹੀਂ ਤੰਗ ਕਰ ਰਿਹਾ। ਮੈਨੂੰ ਇੰਨੀ ਲੀਡਰਸ਼ਿਪ ਚਮਕਾਉਣੀ ਆ। ਇਹ ਜਿਹੜੀ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੋ ਰਹੀ, ਸੀਵਰੇਜ ਦੀ ਪ੍ਰੋਬਲਮ ਹੋ ਰਹੀ ਪਿੰਡਾਂ 'ਚ, ਉਹ ਇਹਨਾਂ ਨੇ ਰੇਜ਼ ਕੀਤੀ ਆ। ਬਹੁਤ ਵੱਡੇ ਵੱਡੇ ਨੇਤਾ ਨੇ, ਮੈਂ ਆਲ ਇੰਡੀਆ ਪੰਜਾਬ ਲੈਵਲ ਦੀ ਨਹੀਂ ਗੱਲ ਕਰਦਾ, ਮੈਂ ਸਿਰਫ ਅੰਮ੍ਰਿਤਸਰ ਦੀ ਗੱਲ ਕਰ ਰਿਹਾ। ਔਰ ਜਾ ਕੇ ਆਪਣੀਆਂ ਅੱਖਾਂ ਨਾਲ ਉਹ ਮਾਂ ਦੇ ਅਥਰੂ ਦੇਖਣੇ ਸੀਗੇ, ਉਹ ਫੋਟੋ ਦੇਖਣੀ ਸੀ, ਕਿਤਨਾ ਸਾੜ ਕੇ ਉਹ ਬੱਚੇ ਨੂੰ ਸੁੱਟਿਆ ਆ। ਤੇ ਇੱਕ ਬੱਚਾ ਗਲਤ ਦਵਾਈ ਲੈ ਕੇ ਉਹਦੀ ਮੌਤ ਹੋ ਗਈ, ਉਹਦੇ ਬਾਰੇ ਇੱਕ ਵੀ ਗੱਲ ਕੀਤੀ ਇਹਨਾਂ ਨੇ?
ਉਹ ਸਾਡੇ ਨੂੰ ਟੱਚ ਨਹੀਂ ਕਰਦੀ। ਸੰਧੂ ਸਾਹਿਬ ਕੀ ਕਿਸੇ ਸਿਆਸੀ ਧਿਰ ਦੀ ਸਹਿ ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਆ? ਦੇਖੋ ਮੈਂ ਤੇ ਕਦੇ ਇਹੋ ਹੀ ਕਵਾਂਗਾ ਕਿ ਮੈਂ ਤਾਂ ਨਹੀਂ ਦੇਖਿਆ ਔਜਲਾ ਸਾਹਿਬ 8 ਸਾਲ ਐਗਰੀਕਲਚਰ ਕਮੇਟੀ ਦੇ ਮੈਂਬਰ ਰਹੇ। ਮੈਂ ਵੀ ਕੱਲ ਕਿਹਾ ਕਿ ਪਾਰਲੀਮੈਂਟ ਦੇ ਦੁਆਰਾ ਪਿੰਡ ਅਡੋਪਟ ਕਰ ਸਕਦੇ ਹੋ ਜਿੱਥੇ ਪੈਸਾ ਹੁੰਦਾ ਆ, ਇੱਕ ਪਿੰਡ ਨਹੀਂ ਅਡੋਪਟ ਕੀਤਾ ਤੇ ਵੱਡੀਆਂ ਵੱਡੀਆਂ ਗੱਲਾਂ ਧਰਨੇ ਧਰਨਿਆਂ ਜਾ ਕੇ ਬਹਿ ਜਾਣਗੇ, ਲੇਕਿਨ ਕਮੇਟੀ 'ਚ ਤਾਂ ਕੁਛ ਨਹੀਂ ਲਿਖ ਕੇ ਦਿੱਤਾ। ਦੂਸਰਾ ਇਹ ਜਦੋਂ ਮੈਂ ਜਾਂਦਾ ਹਾਂ ਮਜੀਠੇ, ਵਿਕਰਮ ਮਜੀਠੀਆ ਨੂੰ ਪਤਾ ਹੁੰਦਾ ਕਿ ਡੈਮੋਨਸਟ੍ਰੇਸ਼ਨ ਹੋ ਰਹੀ ਆ, ਹੈਂ ਮਜੀਠੇ ਜਾ ਕੇ ਆਪਣੇ ਹਲਕੇ 'ਚ ਨਸ਼ੇ 'ਚ ਬੱਚੇ ਮਰ ਰਹੇ ਨੇ, ਕਿੰਨੀ ਬੁਰੀ ਹਾਲਤ ਹੈ ਉਹ ਪਿੰਡਾਂ ਦੀ। ਉਹ ਤੋਂ ਪਹਿਲਾਂ ਮੇਰੇ ਨਾਲ ਮੀਡੀਆ ਵੀ ਗਿਆ ਸੀ, ਉਹਨਾਂ ਨੇ ਦੇਖਿਆ। ਇਹ ਨਹੀਂ ਕਿ ਅਸੀਂ ਪਲਾਨ ਕਰਕੇ, ਅਸੀਂ ਤਾਂ ਜਾਂਦਿਆਂ ਦੇਖਿਆ ਰਾਹ 'ਚ ਜੋ ਸਾਡੇ ਭਾਈਚਾਰੇ ਨੂੰ ਚੱਲਣ ਲਈ ਸੜਕ ਦੇ ਉੱਤੇ ਸੀਵਰੇਜ ਦਾ ਪਾਣੀ ਚੱਲ ਰਿਹਾ ਸੀ। ਤੇ ਆਹ ਮੁਸ਼ਕਲਾਂ ਨਹੀਂ ਨੇ, ਇਹਦੇ ਲਈ ਵੀ ਟਾਈਮ ਕੱਢਣਾ ਚਾਹੀਦਾ। ਉਤਨਾ ਸ਼ੇਰ ਬੱਬਰ ਸ਼ੇਰ ਬਣੇ ਫਿਰਦੇ ਹੋ, ਇਹੋ ਜਿਹੇ ਕੰਮਾਂ ਲਈ ਵੀ ਤਾਂ ਰੱਖਣਾ ਚਾਹੀਦਾ। ਤਾਂ ਮੈਂ ਕਹਿੰਦਾ ਪੋਲੀਟਿਕਸ ਹੈਗੀ ਆ। ਦੇਖੋ ਮੈਂ ਆਪਣੇ ਕਿਸਾਨਾਂ ਭਰਾਵਾਂ ਨਾਲ, ਮੇਰੇ ਭਰਾ ਨੇ, ਅਸੀਂ ਇੱਥੇ ਪਾਣੀ ਚਾਹ ਜੋ ਵੀ, ਦੇਖੋ ਆਏ ਤਾਂ ਭਰਾ ਹੀ ਨੇ ਨਾ, ਹੈਂ ਲੀਡਰ ਤਾਂ ਆਪਣੀ ਲੀਡਰੀ ਚਮਕਾਉਂਦੇ ਨੇ, ਮੈਨੂੰ ਕੋਈ ਉਹਦੇ 'ਚ ਹਿਚਕ ਨਹੀਂ ਹੈਗੀ। ਲੇਕਿਨ ਤਮਾਸ਼ਾ ਨਹੀਂ ਮੈਂ ਕਰਨਾ, ਮੈਂ ਤਾਂ ਕੰਕਰੀਟ ਗੱਲ ਕਰ ਰਹੀ। ਤੁਸੀਂ ਦੇਖੋ ਲੁੱਲੂ ਗਰੁੱਪ ਨੇ ਅਨਾਊਂਸਮੈਂਟ ਕੀਤੀ, ਉਹ ਕਿਹਨਾਂ ਦੇ ਫਾਇਦੇ 'ਚ ਹੈ? ਕਿਸਾਨਾਂ ਦੇ ਹੀ ਫਾਇਦੇ 'ਚ ਆ ਨਾ, ਅਤੇ ਉਹਦੇ ਬਾਰੇ ਕੁਛ ਇਹਨਾਂ ਨੇ ਗਾਂਹ ਕੀਤਾ? ਫਿਰ ਇਹ ਘੁਮਾ ਕੇ ਕਹਿ ਦੇਣਗੇ ਲੈ ਯਾਰ ਇਹ ਤਾਂ ਕੈਪੀਟਲ ਆ ਗਿਆ। ਉਹ ਭਾਈ ਇੰਡਸਟਰੀ ਕੋਆਪਰੇਟਿਵ ਜਾਂ ਯੂਨੀਅਨ, ਕਿਸਾਨਾਂ ਦੀਆਂ ਆਮਦਨੀਆਂ ਵਧਣੀਆਂ ਚਾਹੀਦੀਆਂ। ਬਾਕੀ ਮੋਦੀ ਸਰਕਾਰ ਦਾ ਰੌਲਾ ਪਾਉਂਦੇ ਨੇ, ਤੁਸੀਂ ਪਰਸੈਂਟੇਜ ਦੇਖੋ ਕਾਂਗਰਸ ਸਰਕਾਰ 'ਚ ਕੀ ਪਰਸੈਂਟੇਜ ਐਮ ਐਸ ਪੀ ਇਨਕਰੀਜ਼ ਹੋਈ ਅਤੇ ਮੋਦੀ ਸਾਹਿਬ ਦੀ ਸਰਕਾਰ 'ਚ ਕੀ ਪਰਸੈਂਟੇਜ ਇਨਕਰੀਜ਼ ਹੋਈ, ਕਿੰਨੀ ਸਬਸਿਡੀ ਜਾ ਰਹੀ ਆ। ਮੈਂ ਅਮਰੀਕਾ ਦੇ ਜਿਹੜੇ ਸਾਡਾ ਪੰਜਾਬੀ ਭਾਈਚਾਰਾ ਉੱਥੇ ਕਿਸਾਨ ਸੀਗੇ ਕੈਲੀਫੋਰਨੀਆ, ਮੈਂ ਕਿਹਾ ਤੁਸੀਂ ਆਪ ਐਲਮੰਡ ਉਗਾਉਂਦੇ ਹੋ, ਪਿਸਟੈਸ਼ੋ ਉਗਾਉਂਦੇ ਹੋ, ਇੱਥੇ ਆਪਣੇ ਭਰਾਵਾਂ ਨੂੰ ਚੌਲਾਂ 'ਚ ਵੀਟ 'ਚ ਫਸਾ ਕੇ ਰੱਖਦੇ ਹੋ। ਦੇਖੋ ਇੱਕ ਵਾਰੀ ਚੰਗੀ ਤਰ੍ਹਾਂ ਸਟੱਡੀ ਕਰੋ, ਇਹ ਐਮ ਐਸ ਪੀ ਇੱਥੇ ਚੌਲ ਤਾਂ ਕਣਕ ਕਦੋਂ ਉਗਾਉਣੀ ਸ਼ੁਰੂ ਹੋਈ? 65 'ਚ ਕਣਕ ਹੋਈ, 70 'ਚ ਚੌਲ ਹੋਏ, ਅਤੇ ਕਿਉਂ ਸਾਡੇ ਕਿਸਾਨਾਂ ਨੇ ਇਹ ਉਗਾਉਣਾ ਸ਼ੁਰੂ ਕੀਤਾ? ਕਿਉਂਕਿ ਉਹਨਾਂ ਨੂੰ ਉਹਦੇ 'ਚ ਇਨਕਮਾਂ ਮਿਲਦੀਆਂ ਸੀ। ਅਤੇ ਅਗਰ ਮੈਂ ਅੱਜ ਕਹਿੰਦਾ ਹਾਂ ਕਿ 15-20 ਗੁਣੇ ਇਨਕਮਾਂ ਸਾਡੀਆਂ ਸਬਜ਼ੀਆਂ ਫਰੂਟਾਂ 'ਚੋਂ ਹੋਰ ਡਾਈਵਰਸੀਫਿਕੇਸ਼ਨ ਜੋ ਅਸੀਂ ਕਰ ਰਹੇ ਹਾਂ, ਮਟਰਾਂ ਦਾ ਮੈਂ ਐਗਜ਼ਾਮਪਲ ਕੀ ਦਿੱਤਾ, ਇਹ ਮਜ਼ਾਕ ਕਰਨਾ ਸ਼ੁਰੂ ਕਰਤਾ ਭਾਈ, ਜਦੋਂ ਦਿਮਾਗ ਨਹੀਂ ਚੱਲੂਗਾ ਤਾਂ ਮਜ਼ਾਕ ਹੀ ਕਰਾਂਗੇ। ਦੇਖੋ ਆਪਾਂ ਇਸ ਵੇਲੇ, ਦੇਖੋ ਮੈਂ ਆਪ ਕਿਹਾ ਮੈਂ ਅੰਮ੍ਰਿਤਸਰ 'ਚ ਫੋਕਸਡ ਹਾਂ, ਮੈਂ ਬਹੁਤ ਵੱਡਾ ਨੇਤਾ ਨਹੀਂ ਹੈ। ਵੱਡਿਆਂ ਵੱਡਿਆਂ ਨੂੰ ਪੁੱਛੋ,
ਅੰਮ੍ਰਿਤਸਰ ਦੀ, ਆਪਾਂ ਇਸ ਵੇਲੇ ਕਿਸਾਨਾਂ ਦੀ ਗੱਲ ਕਰ ਰਹੇ ਹਾਂ, ਇੰਡਸਟਰੀ ਦੀ ਗੱਲ ਕਰ ਲਓ, ਤੁਸੀਂ ਨਸ਼ਿਆਂ ਦੀ ਗੱਲ ਕਰੋ, ਲਾਅ ਐਂਡ ਆਰਡਰ ਦੀ ਗੱਲ ਕਰੋ, ਸੀਵਰੇਜ ਦੀ ਗੱਲ ਕਰੋ, ਮੈਂ ਤੁਹਾਨੂੰ ਉਹਦੇ ਤੇ ਜਵਾਬ ਦਿੰਦਾ। ਕਿਸਾਨੀ ਲੀਡਰ ਬਾਹਰ ਬੈਠੇ ਆ ਤੇ ਸਿਆਸੀ ਲੀਡਰ ਅੰਦਰ ਆਪਸੀ ਗੱਲਬਾਤ ਕਿਉਂ ਨਹੀਂ ਹੁੰਦੀ ਜਾਂ ਕੱਲੇ ਕੱਲੇ ਕਿਸਾਨ ਨੂੰ ਪੁੱਛਿਆ ਜਾ ਸਕਦਾ ਕਿ ਭਾਜੀ ਭਾਜੀ ਇਹ ਦੱਸੋ, ਮੈਂ ਕਿਸੇ ਨੂੰ ਕਿਹਾ ਬਾਹਰ ਬੈਠੋ? ਆਪਣੇ ਆਪ ਜਿੱਥੇ ਮੌਜ ਜਿੱਥੇ ਦਿਲ ਲੱਗ ਕਰਦਾ ਆ ਬਹਿ ਜਾਂਦੇ ਆ, ਕਿਉਂਕਿ ਉਹਨਾਂ ਨੇ ਤਾਂ ਵੀਡੀਓ ਬਣਾਉਣੀ ਆ। ਹੈਂ, ਮੈਂ ਉਹਨਾਂ ਨੂੰ ਜਾ ਕੇ ਕਹਾਂ ਕਿ ਭਾਜੀ ਸਿਆਸੀ ਲੀਡਰ ਅੰਦਰ ਬੈਠੇ ਆ, ਮੈਂ ਵੀ ਤਾਂ ਬਾਹਰ ਘੁੰਮਦਾ ਆ, ਗੱਲਬਾਤ ਕੀ? ਉਦਣ ਪਿਊਸ਼ ਗੋਇਲ ਸਾਹਿਬ ਆਏ, ਉਹਨਾਂ ਨੇ ਕਿਹਾ ਅਸੀਂ ਤਿਆਰ ਆ ਗੱਲਬਾਤ ਲਈ। ਬਈ ਜਿਹੜੇ ਵੱਡੇ ਵੱਡੇ ਨੇਤਾ ਨੇ, ਮੈਂ ਤੁਹਾਨੂੰ ਬਾਰ ਬਾਰ ਇਹ ਗੱਲ ਕਹਿ ਰਿਹਾ ਕਿ ਮੇਰੀਆਂ ਤਾਂ ਕੰਕਰੀਟ ਪ੍ਰਪੋਜ਼ਲ ਨੇ, ਉਹਦੇ ਬਾਰੇ ਕੋਈ ਕਮੈਂਟ ਆਵੇ, ਉਹਦੇ ਬਾਰੇ ਕੋਈ ਕਮੈਂਟਰੀ ਆਵੇ, ਫੇਰ ਤਾਂ ਗੱਲਬਾਤ ਹੁੰਦੀ ਆ। ਸੰਧੂ ਸਾਹਿਬ, ਕੀ ਕਿਸਾਨ ਕਹਿ ਰਹੇ ਨੇ ਜਿੱਥੇ ਅਸੀਂ ਕਿਸਾਨੀ ਮੰਗਾਂ ਦੀ ਗੱਲ ਕਰ ਰਹੇ ਹਾਂ ਉੱਥੇ ਮਜ਼ਦੂਰਾਂ ਦੀ ਆਵਾਜ਼ ਚੁੱਕ ਰਹੇ ਹਾਂ, ਗਰੀਬ ਤਬਕੇ ਦੀ ਆਵਾਜ਼ ਚੁੱਕ ਰਹੇ ਹਾਂ, ਨਰੇਗਾ ਦੀ ਗੱਲ ਕਰ ਰਹੇ ਹਾਂ। ਅੱਛਾ, ਇਹ ਨਰੇਗਾ ਵਾਲਾ ਮੈਂ ਸੁਣਿਆ ਸੀ ਕੋਈ ਸਕੈਂਡਲ ਵੀ ਹੋਇਆ ਆ ਕਿ ਕਈ ਜਗ੍ਹਾ ਜਿਹੜੇ ਅਸਲੀ ਨਰੇਗਾ 'ਚ ਕੰਮ ਕਰਦੇ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਜਾਂਦੇ। ਦੇਖੋ, ਮਜ਼ਦੂਰਾਂ ਦੀ ਗੱਲ ਕਰ ਰਹੇ ਨੇ, ਕਿੰਨੀਆਂ ਕੁ ਡਿਮਾਂਡਾਂ 'ਚ ਮਜ਼ਦੂਰਾਂ ਦੀਆਂ ਡਿਮਾਂਡਾਂ ਨੇ, ਜ਼ਰਾ ਦੇਖੋ, ਇੱਕ ਵਾਰੀ ਸਟੱਡੀ ਵੀ ਤਾਂ ਕਰੋ ਨਾ। ਇਹ ਨਾਂ ਦੇ ਮਜ਼ਦੂਰ, ਇਹ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਵੀ ਨਸ਼ਿਆਂ ਨੂੰ ਇੰਪੈਕਟ ਹੋਇਆ, ਕਿੰਨਿਆਂ ਨਾ ਜਾ ਕੇ ਮਿਲੇ। ਇੱਕ ਮਿੰਟ ਭਾਈ ਸਾਹਿਬ ਗੱਲ ਸੁਣੋ ਔਰ ਜਵਾਬ ਦਿਓ ਮੈਨੂੰ ਇਹਦਾ, ਕਿੰਨੇ ਮਜ਼ਦੂਰਾਂ ਦੇ ਬੱਚੇ ਨਸ਼ਿਆਂ 'ਚ ਮਾਰੇ ਗਏ ਨੇ, ਕਿੰਨਿਆਂ ਨਾਲ ਜਾ ਕੇ ਇਹਨਾਂ ਨੇ ਗੱਲ ਕੀਤੀ ਆ, ਕਿੰਨਿਆਂ ਨਾਲ ਅਫਸੋਸ ਕੀਤਾ, ਇਹਨਾਂ ਨੇ ਡਿਮਾਂਡ ਇੱਕ ਵਾਰੀ ਰੇਜ਼ ਕੀਤੀ ਉਹਦੀ, ਇਹਦਾ ਜਵਾਬ ਵੀ ਤਾਂ ਲਾਓ ਨਾ। ਇੱਕ ਤਾਨਾਸ਼ਾਹੀ ਰਵੱਈਆ ਪੰਜਾਬ ਸਰਕਾਰ ਦਾ ਦੇਖਣ ਨੂੰ ਮਿਲਿਆ, ਪਹਿਲਾਂ ਅਜੀਤ ਗਰੁੱਪ ਦੇ ਉੱਤੇ ਪਰਚੇ ਦਰਜ ਕੀਤੇ ਗਏ ਕਿਉਂਕਿ ਹਕੀਕਤ ਜਿਹੜੀ ਸੀਗੀ ਉਹ ਦਿਖਾਈ ਜਾਂਦੀ ਸੀਗੀ, ਹੁਣ ਜੇ ਸਰਕਾਰ ਦੇ ਜਿਹੜੇ ਨਗੈਲੀਆਂ ਹੈਗੀਆਂ ਨੇ ਉਹ ਦਿਖਾਈਆਂ ਜਾ ਰਹੀਆਂ ਨੇ, ਤਾਂ ਜ਼ੀ ਨਿਊਜ਼ ਚੈਨਲ ਜਿਹੜਾ ਫਾਸਟਵੇਅ ਤੋਂ ਬੰਦ ਕਰ ਦਿੱਤਾ ਗਿਆ, ਤੁਹਾਡੇ ਜਿਹੜੇ ਕੰਕਰੀਟ ਮੁੱਦੇ ਨੇ ਉਹ ਅਸੀਂ ਦਿਖਾਏ ਹੈਗੇ ਆ, ਪਰ ਜ਼ੀ ਨਿਊਜ਼ ਜਿਹੜਾ ਉਹ ਹਟਾ ਦਿੱਤਾ ਗਿਆ ਤਾਂ ਕਿ ਲੋਕਾਂ ਤੱਕ ਸੱਚਾਈ ਦੀ ਆਵਾਜ਼ ਜਿਹੜੀ ਨਾ ਪਹੁੰਚ ਸਕੇ। ਇਸ ਨੂੰ ਕਿਵੇਂ ਦੇਖ ਰਹੇ ਹੋ ਤਾਨਾਸ਼ਾਹੀ ਰਵੱਈਏ? ਦੇਖੋ, ਇਹ ਔਰ ਖਾਸ ਤੌਰ ਤੇ ਕੇਜਰੀਵਾਲ ਸਾਹਿਬ ਤਾਂ ਕਹਿੰਦੇ ਮੇਰਾ ਕੈਰੀਅਰ ਹੀ ਉੱਤੇ ਬਣਿਆ ਆ, ਅਤੇ ਇਹ ਅਗਰ ਇਹੋ ਜਿਹੀ ਪਾਲਿਸੀ ਆ, ਦੇਖੋ ਉਹ ਤਾਂ ਬਹੁਤ ਜ਼ਿਆਦਾ ਗਲਤ ਆ। ਐਕਸਪ੍ਰੈਸ਼ਨ ਤੁਸੀਂ ਅੱਜ ਕਿਹਾ ਕਿ ਕਿਸਾਨ ਵਿਰੋਧ ਕਰ ਰਹੇ ਨੇ, ਜਥੇਬੰਦੀਆਂ ਵਿਰੋਧ ਕਰ ਰਹੇ। ਦੇਖੋ ਭਾਈ ਸਾਹਿਬ, ਕਿਸਾਨ ਜਿਹੜਾ ਨਾ ਉਹ ਆਪਣੀ ਪੈੜੀ ਵਾਰ ਆ, ਉਹਦੀਆਂ ਮੁਸ਼ਕਲਾਂ ਵੀ ਜਾ ਕੇ ਇਹ ਜਿਹੜੇ ਜਥੇਬੰਦੀਆਂ ਨੇ ਇਹਨਾਂ ਨੂੰ ਦੇਖਣੀਆਂ ਚਾਹੀਦੀਆਂ ਆ। ਮੈਂ ਫਿਰ ਤੁਹਾਨੂੰ ਕਹਿ ਰਿਹਾ ਕਿ ਮੈਂ ਸਪੈਸੀਫਿਕ ਅੰਮ੍ਰਿਤਸਰ ਲਈ ਸਪੈਸੀਫਿਕ ਪ੍ਰਪੋਜ਼ਲਸ ਪੁੱਟ ਅਪ ਕੀਤੇ ਨੇ, ਉਹਦੇ 'ਚ ਕੁਛ ਵਾਧਾ ਹੋਵੇ ਮੈਂ ਵੈਲਕਮ ਕਰਦਾ ਹਾਂ, ਅਤੇ ਅਗਰ ਮੇਰੇ ਨਾਲ ਪੋਲੀਟਿਕਸ ਖੇਡਣੀ ਆ, ਨਾਰੇ ਮਾਰਨੇ ਆ, ਜੀ ਆਇਆਂ ਨੂੰ ਜਿੰਨੇ ਮਰਜ਼ੀ ਨਾਰੇ ਮਾਰੋ, ਅਗਰ ਤੁਸੀਂ ਸਮਝਦੇ ਹੋ ਕਿ ਤਰਨਜੀਤ ਸਿੰਘ ਨੂੰ ਤੁਸੀਂ ਡਰਾ ਦਿਓਗੇ, ਇਹ ਗਲਤ ਗੱਲ ਆ। ਮੈਂ ਨਹੀਂ ਜੇ ਡਰਦਾ, ਕਿਤੇ ਗਲਤੀ ਨਾਲ ਇਹ ਨਾ ਸਮਝ ਲਿਓ ਜਿਹੜੇ ਅਸਲੀ ਪੈਰਾਸ਼ੂਟ ਵਾਲੇ ਨੇ ਉਹ ਡਰ ਜਾਣਗੇ। ਹਾਂ, ਮੁੱਦਿਆਂ 'ਤੇ ਗੱਲ ਕਰਨੀ ਆ ਕਰਾਂਗੇ, ਲੇਕਿਨ ਆਹ ਜਿਹੜੇ ਜਥੇਬੰਦੀਆਂ ਦੇ ਨੇਤਾ ਨੇ ਜਿਹੜੇ ਲੀਡਰਸ਼ਿਪ ਆਪਣੀ ਚਮਕਾ ਰਹੇ ਨੇ ਉਹਨਾਂ ਨਾਲ ਵੀ, ਮਤਲਬ ਕਿਸਾਨਾਂ ਕਿਸਾਨ ਬਣ ਕੇ ਆਉਣ, ਨੇਤਾ ਬਣ ਕੇ ਅਸਲ ਮੁੱਦਿਆਂ 'ਤੇ ਧਿਆਨ ਭਟਕਾਉਣਾ ਚਾਹੁੰਦੇ। ਇਹ ਤਾਂ ਨੇਤਾਗਿਰੀ ਆ, ਮੇਰੇ ਤੇ ਆਹ ਕਰ ਦੋ, ਮੇਰੇ ਤੇ ਮੈਂ ਕਿਉਂ ਰਹਿ ਗਿਆ ਭਾਈ? ਦੇਖੋ, ਮਾਰਕਸਿਜ਼ਮ ਦਾ ਕੀ ਪ੍ਰਿੰਸੀਪਲ ਸੀ
ਭੰਡੇਰ ਸਾਹਿਬ ਨੂੰ ਕਿਹਾ ਕਦੀ ਮਾਰਕਸਿਜ਼ਮ ਪੜ੍ਹ ਵੀ ਲੈਣ ਤੇ ਕਿਤਨਾ ਇੰਪਲੀਮੈਂਟ ਹੋਈ ਸੀ ਸੋਵੀਅਤ ਯੂਨੀਅਨ 'ਚ ਉਹ ਵੀ ਪੜ੍ਹ ਲੈਣ। ਮੈਂ ਉਹ ਤੋਂ ਜ਼ਿਆਦਾ ਨਹੀਂ ਕਹਿਣਾ, ਮੈਂ ਦੀ ਗੱਲ ਨਹੀਂ। ਆਪਾਂ ਕਿਸਾਨ ਇਕੱਠੇ ਹੋਈਏ, ਅਸਲੀ ਗੱਲ ਇਹ ਆ ਕਿ ਕਿਸਾਨਾਂ ਦੀਆਂ ਇਨਕਮਾਂ ਵਧਣੀਆਂ ਚਾਹੀਦੀਆਂ। ਮੈਂ ਤੁਹਾਨੂੰ ਇਹ ਵੀ ਕਿਹਾ ਕਿ ਮੇਰੀ ਫੈਮਿਲੀ ਵੀ ਕਿਸਾਨ ਪਰਿਵਾਰ 'ਚੋਂ ਹੈਗੀ ਆ ਅਤੇ ਪ੍ਰੋਡਕਟਿਵਿਟੀ 'ਚ ਤੁਸੀਂ ਉਹਨੂੰ ਡਾਇਵਰਸੀਫਿਕੇਸ਼ਨ ਕਹਿਣਾ, ਡਾਇਵਰਸੀਫਿਕੇਸ਼ਨ ਕਹਿ ਲਓ ਜਿਹੜੀ ਹੋ ਰਹੀ ਆ ਅੰਮ੍ਰਿਤਸਰ, ਪੱਥਰ ਨਾਖ ਇੱਥੇ ਹੁੰਦੀ ਆ ਕਿ ਨਹੀਂ। ਮੈਂ ਸਿਰਫ ਤੁਹਾਨੂੰ ਕਹਿੰਦਾ ਕਿ ਆਪਾਂ ਅੱਛੀ ਤਰ੍ਹਾਂ ਪੈਕੇਜ ਕਰਕੇ ਪੱਥਰ ਨਾਖ ਨੂੰ ਦੁਬਈ, UAE, ਸਾਊਦੀ ਅਰੇਬੀਆ ਤੱਕ ਪਹੁੰਚਾ ਦਈਏ। ਲੁੱਲੂ ਗਰੁੱਪ ਇੱਥੇ ਕਲੈਕਸ਼ਨ ਸੈਂਟਰ ਵੀ ਖੁੱਲ੍ਹਣ ਨੂੰ ਤਿਆਰ ਆ, ਉਹ ਤਾਂ ਨੋਟਿਸ ਕਰਦੇ ਨਹੀਂ। ਆਹ ਵੱਡੇ ਨੇਤਾ ਜੀ ਆ ਕੇ ਨਾਰੇ ਲਾ ਦਿਓ ਜੀਆਂ ਨੂੰ, ਯਾਰ ਮੈਂ ਤਾਂ ਨਹੀਂ ਕਿਹਾ ਇੱਥੇ ਆ ਕੇ ਲਾਓ। ਕੀ ਲੱਗਦਾ ਪ੍ਰਦਰਸ਼ਨਕਾਰੀ ਇਸ ਮੁੱਦੇ ਨੂੰ ਧਿਆਨ ਭਟਕਾਉਣਾ ਚਾਹੁੰਦੇ? ਬਿਲਕੁਲ ਲੱਗਦਾ ਆ। ਹੁਣ ਦੇਖੋ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਇੱਥੇ ਜਿਹੜੇ ਬਾਕੀ ਕੈਂਡੀਡੇਟ ਸੀਗੇ, ਔਹਲਾ ਸਾਹਿਬ ਤਾਂ ਐਗਰੀਕਲਚਰ ਕਮੇਟੀ ਦੇ ਮੈਂਬਰ ਰਹੇ ਆ, ਉਹਨਾਂ ਅਗੇਂਸਟ ਨਹੀਂ ਡੈਮੋਨਸਟ੍ਰੇਸ਼ਨ ਹੋ ਗਈ। ਸਿਰਫ ਤਰਨਜੀਤ ਸਿੱਧੂ ਨੂੰ ਰੋਕਣਾ ਤਾਂ ਸਮਝ ਰਿਹਾ ਕਿ ਡਰਾ ਕੇ ਤੁਸੀਂ ਰੋਕ ਲੋਗੇ? ਇਹ ਤਾਂ ਗੱਲ ਗੱਲ ਆ ਤਾਂ ਲੱਗ ਹੀ ਰਿਹਾ। ਇਹਨਾਂ ਨੇ ਮੈਨੂੰ ਰੋਕਣਾ ਕਿ ਮੈਂ ਜਾਵਾਂ ਨਾ, ਮੁੜ ਕੇ ਮੈਂ ਜਾਵਾਂਗਾ, ਦਿਖਾ ਦੇਣਗੇ ਵੀਡੀਓ, ਲੈ ਯਾਰ ਪੁਲਿਸ ਨੇ। ਉਹ ਭਾਈ ਸੜਕਾਂ ਰੋਕੋਗੇ, ਲੋਕਾਂ ਨੂੰ ਤੰਗ ਕਰੋਗੇ ਤਾਂ ਪੁਲਿਸ ਆਪਣਾ ਕੰਮ ਕਰੂਗੀ ਨਾ। ਠੀਕ ਹੈ ਨਾ, ਮੈਂ ਤਾਂ ਨਹੀਂ ਰੋਕਿਆ ਕਿ ਵੀ ਮੇਰੇ ਘਰ ਦੇ ਬਾਹਰ ਕਿਉਂ ਪੜ੍ਹ, ਮੈਂ ਤਾਂ ਸਗੋਂ ਇਹਨਾਂ ਨੂੰ ਕਿਹਾ ਮੈਂ ਪਾਣੀ ਜੋ ਵੀ ਇਹਨਾਂ ਨੂੰ ਪਕੌੜੇ ਜੋ ਵੀ ਖਵਾਉਣੇ ਜ਼ਰੂਰ ਖਵਾਓ ਯਾਰ, ਸਾਡੇ ਭਰਾ ਨੇ। ਨੇਤਾ ਤਾਂ ਆਪਣੀ ਨੇਤਾਗਿਰੀ ਚਮਕਾ ਕੇ ਗਾਹ ਨੂੰ ਕਿਤੇ ਹੋਰ ਚੱਲ ਜਾਣਾ, ਬਾਕੀ ਤੁਸੀਂ ਆਪ ਹੀ ਜਾਣਦੇ ਹੋ, ਛਾਨਬੀਨ ਕਰ ਲਓ। ਠੀਕ ਹੈ ਜੀ, ਦੇਖੋ ਭਾਜੀ ਮੈਂ ਵੀ ਸੁਣਿਆ ਜੇ, ਮੈਂ ਤੁਹਾਨੂੰ ਸੱਚੀ ਗੱਲ ਕਰਦਾ, ਮੈਂ ਸੱਚੀ ਗੱਲ ਕਰਨ ਵਾਲਾ ਬੰਦਾ। ਹਾਂ, ਮੈਂ ਇੱਕ ਟਿਪੀਕਲ ਪੋਲੀਟੀਸ਼ੀਅਨ ਨਹੀਂ, ਤੁਸੀਂ ਇਹ ਸਮਝ ਲਓ ਕਿ ਬਹੁਤ ਵੱਡਾ ਡਿਸਐਡਵਾਂਟੇਜ ਆ, ਸਾਰੇ ਕਹਿੰਦੇ ਨੇ, ਪਰ ਜੋ ਹੈਗਾ ਹੈਗਾ। ਆਪਾਂ ਪ੍ਰਾਈਵੇਟ ਜਦੋਂ ਗੱਲ ਕਰਦੇ ਹਾਂ, ਅਸੀਂ ਆਲਵੇਜ਼ ਕਹਿੰਦੇ ਹਾਂ ਕਿ ਯਾਰ ਪੜ੍ਹੇ ਲਿਖੇ ਸੂਝਵਾਨ ਬੰਦਿਆਂ ਨੂੰ ਪੋਲੀਟਿਕਸ 'ਚ ਆਉਣਾ ਚਾਹੀਦਾ, ਅਤੇ ਜਦੋਂ ਆਉਂਦੇ ਆ ਉਦੋਂ ਅਸੀਂ ਉਹਨਾਂ ਨੂੰ ਕਹਿੰਦੇ ਲੈ ਯਾਰ ਇਹ ਕੀ ਕਰਦਾ ਫਿਰਦਾ ਪੋਲੀਟਿਕਸ 'ਚ, ਇਹ ਤਾਂ ਬਹੁਤ ਸ਼ਰੀਫ ਹੈ, ਇਹ ਤਾਂ ਗੱਲ ਹੀ ਨਾ ਬਣੀ। ਦੇਖੋ ਆਪ ਪਾਰਟੀ ਕਿੰਨਾ ਆਪਣੀ ਐਥਿਕਸ ਦੀ, ਆਪਣੀ ਅਪਰੋਚ ਦੀ ਗੱਲ ਕਰਦੀ ਹੈ। ਅਸੀਂ ਬਹੁਤ ਸਾਫ਼ ਸੁਥਰੇ, ਅਸੀਂ ਬੜੇ ਸਿੰਪਲ ਆ, ਇਹੋ ਜਿਹੇ ਵੀਡੀਓ ਦਿਖਾ ਦਿੰਦੇ ਉਹਨਾਂ ਦੇ ਕੀ ਕਰੈਕਟਰ ਨੇ, ਇਹ ਤੋਂ ਜ਼ਿਆਦਾ ਦੱਸੋ ਹੋਰ ਕੀ ਗੱਲ ਕਹਿਣੀ ਆ। ਬਾਕੀ ਅੰਮ੍ਰਿਤਸਰ ਦਾ ਦੇਖ ਲਿਓ, ਮੈਂ ਤੁਹਾਨੂੰ ਵਾਰ ਵਾਰ ਇਹੋ ਹੀ ਕਹਿੰਦਾ ਹਾਂ ਕਿ ਜਿਹੜੇ ਮੁੱਦੇ ਮੈਂ ਚੁੱਕੇ ਨੇ, ਕਹਿੰਦੇ ਜੀ ਬੜਾ ਇੰਟਰਨੈਸ਼ਨਲ ਬੰਦਾ ਆ ਗਿਆ, ਲੇਕਿਨ ਮੁੱਦੇ ਤਾਂ ਲੋਕਲ ਚੁੱਕੇ ਆ ਨਾ, ਅਤੇ ਇੰਟਰਨੈਸ਼ਨਲ ਲਿੰਕ ਨਾ ਲੋਕਲ ਮੁੱਦਿਆਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰ ਰਹੇ। ਤੁਸੀਂ ਦੇਖਿਆ ਕਿ ਡੰਪ 'ਤੇ ਜਿੱਥੇ ਜਿੱਥੇ ਮੈਂ ਗਿਆ ਤੁਸੀਂ ਰਿਪੋਰਟ ਕਰਦੇ ਹੋ, ਲੇਕਿਨ ਸਾਡੇ ਜਿਹੜੇ ਭਰਾ ਬਾਹਰ ਬੈਠੇ ਨੇ ਉਹਨੂੰ ਨੋਟਿਸ ਕਰਕੇ ਉੱਥੇ ਪਹੁੰਚੇ, ਉੱਥੇ ਮੈਡੀਕਲ ਕੈਂਪ ਲਾਇਆ ਉਹਨਾਂ ਨੇ, ਉਹਨਾਂ ਨਾਲ ਗੱਲ ਵੀ ਕੀਤੀ ਕਿ ਕਿਹੜੀ ਕਿਹੜੀ ਟੈਕਨੋਲੋਜੀ ਨਾਲ ਕਿਤਨਾ ਉਹ ਮਦਦ ਕਰ ਰਹੇ ਨੇ। ਦੇਖੋ ਲੁੱਲੂ ਗਰੁੱਪ ਦਾ ਦੇਖਿਆ ਤੁਸੀਂ,
ਤਿੰਨ ਇਨਵੈਸਟਮੈਂਟਾਂ ਜਿਹੜੀਆਂ 850 ਕਰੋੜ ਦੀਆਂ ਆਈਆਂ, ਉਹ ਵੀ ਦੇਖਿਆ ਕਿ ਕਿਹੜੇ ਕਿਹੜੇ ਏਰੀਆ 'ਚ ਸਟਾਰਟਅਪ 'ਚ ਆਪਣੇ ਸਾਫ ਅੰਮ੍ਰਿਤਸਰ 'ਚ ਆਹ ਜਿਹੜਾ ਡਰੱਗਸ ਦਾ ਆ, ਡਰੱਗਸ 'ਚ ਵੀ ਉਹਨਾਂ ਨੇ ਸਪੈਸੀਫਿਕ ਜਿਹੜੀਆਂ ਦੋ ਦਵਾਈਆਂ ਅਮਰੀਕਾ ਸਕਸੈਸਫੁਲ ਨੇ। ਇਹ ਦੇਖੋ ਤੁਹਾਡੇ ਸਾਹਮਣੇ ਕੰਮ ਹੋ ਰਿਹਾ। ਇੱਕ ਹੋਰ ਗੱਲ, ਇੱਥੇ ਇੱਕ NRI ਆਇਆ ਸੀ ਜਿਹਨੂੰ ਮੈਂ ਵਜ਼ੀਫਿਆਂ ਦੀ ਰਿਕੁਐਸਟ ਕੀਤੀ ਸੀ, ਉਹਨੇ 10 ਬੰਦਿਆਂ ਬੱਚਿਆਂ ਦੀ ਸਿਲੈਕਸ਼ਨ ਵੀ ਕਰ ਦਿੱਤੀ ਆ। ਦੇਖੋ ਆਹ ਚੀਜ਼ਾਂ ਕੰਮ ਹੋ ਰਹੀਆਂ, ਇਹਦਾ ਕੋਈ ਪੋਲੀਟਿਕਸ ਨਾਲ ਤਾਲਕ ਨਹੀਂ। ਇਹਦਾ ਨਹੀਂ ਹੈਗਾ ਸੰਧੂ ਸਾਹਿਬ ਇਲੈਕਟ ਹੋਣਗੇ ਕਿ ਨਹੀਂ। ਦੇਖੋ ਅੰਮ੍ਰਿਤਸਰ ਸਿਫਤੀ ਦਾ ਘਰ ਆ, ਆਪਾਂ ਸਾਰੇ ਅੰਮ੍ਰਿਤਸਰ ਨਾਲ ਜੁੜੇ ਹਾਂ, ਅੰਮ੍ਰਿਤਸਰ ਲਈ ਅਸੀਂ ਇਕੱਠੇ ਹੋ ਕੇ ਕੰਮ ਕਰਾਂਗੇ।